ਬਾਹਰ ਚੈੱਕ ਕਰੋ ਏ ਤੁਹਾਡੀ ਹੈਰ ਓਏ ਜਵਾਨਾਂ ਟੈਂਪਰੇਚਰ ਇਸ ਵਕਤ 42 ਡਿਗਰੀ ਹੈ ਇਹ ਚੈੱਕ ਕਰ ਸਕਦੇ ਤੁਸੀਂ ਕੱਲ੍ਹ ਅਤੇ ਪਰਸੋਂ 44-45 ਡਿਗਰੀ ਅਤੇ ਹਫ਼ਤਾ ਇਤਵਾਰ ਸ਼ਾਇਦ 47 ਡਿਗਰੀ ਤੱਕ ਟੈਂਪਰੇਚਰ ਜਾਣਾ ਹਾਂ ਮੌਸਮ ਕੈਸਾ ਹੈ ਬਾਹਰ ਦਾ चलो जनाब अली मैड्रिड का व्यू दिना वा माशाल्लाह जी हवा भी चल रही है गर्मी बड़ी शदीद किस्म की पैंदी 3-4 दिन हो गए ने ਇਹ ਜਿਹੜਾ ਹੁਣ ਅਗਲਾ ਹਫ਼ਤਾ ਆਉਣ ਵਾਲਾ ਨਾ ਇਹਦੇ ਵਿੱਚ ਜਿਹੜੀ ਗਰਮੀ ਦੀ ਸ਼ਿੱਦਤ ਹੈ ਨਾ ਉਹ ਨਾ ਬਹੁਤ ਜ਼ਿਆਦਾ ਦੱਸੀ ਹੈ ਅਤੇ ਚਲੋ ਜਨਾਬ ਅਲੀ ਵੇਖਦੇ ਇਨਸ਼ਾ ਅੱਲਾ ਫਸਲਾਂ ਚੜ੍ਹੀ ਦੀਆਂ ਤਿਆਰ ਹੋ ਗਈਆਂ ਨੇ ਗੰਦਮ ਵਗੈਰਾ ਜਿਹੜੇ ਨਾ ਉਹ ਕਟਾਈ ਹੋ ਗਈ ਗੰਦਮ ਦੀ ਇਹ ਚੈੱਕ ਕਰੋ ਸਾਰੇ ਤਾਂ ਛਾਓ 'ਚ ਖੜ੍ਹੇ ਹੁੰਦੇ ਹਾਂ ਨਾਲ ਤੁਹਾਨੂੰ ਵਿਊ ਸ਼ਿਊ ਦਿੰਦੇ ਹਾਂ ਆਏ ਲਾ ਜੀ ਆਏ ਵਾਹ ਅਤੇ ਬੜੀ ਮਾਸ਼ਾਅੱਲਾ ਜੀ ਪਿਆਰੀ ਪਿਆਰੀ ਹਵਾ ਜਿਹੜਾ ਨਾ ਚੱਲ ਰਹੀ ਹੈ ਅਲਹਮਦੁਲਿਲਾ ਜੀ 2-3 ਦਿਨ ਹੋ ਗਏ ਹਨ ਗਰਮੀ ਦੀ ਇੰਤਹਾ ਜਿਹੜਾ ਨਾ ਪੈ ਰਹੀ ਸੀ ਬਹੁਤ ਜ਼ਿਆਦਾ ਗਰਮੀ ਸੀ ਅਤੇ ਅੱਜ ਮਾਸ਼ਾਅੱਲਾ ਮੌਸਮ ਬਹੁਤ ਹੀ ਪਿਆਰਾ ਗਰਮੀ ਹੈ ਲੇਕਿਨ ਅੱਜ ਕਿਉਂਕਿ ਹਵਾ ਚੱਲਦੀ ਹੈ ਪਿਆ ਚੈੱਕ ਕਰਦੇ ਅਲਹਮਦੁਲਿਲਾ ਜੀ ਆਪਣੀ ਗੱਡੀ ਇਸ ਸਾਈਡ 'ਤੇ ਖੜ੍ਹੀ ਹੈ ਜਨਾਬ ਇਹ ਨਾਲ ਟਿਊਬਵੈਲ ਹੈ ਇਹਦਾ ਇੰਤਜ਼ਾਰ ਕਰਨਾ ਜੂਹੀ ਟਿਊਬਵੈਲ ਚੱਲੇਗਾ ਅਤੇ ਨਹਾਵਾਂਗੇ ਜਨਾਬ ਅਤੇ ਜਿਹੜੀਆਂ ਗੰਦਮ ਦੀਆਂ ਫਸਲਾਂ ਨੇ ਤੁਸੀਂ ਦੂਰ ਤੱਕ ਦੇਖ ਸਕਦੇ ਜਿੱਥੇ ਤੱਕ ਤੁਹਾਡੀ ਨਜ਼ਰ ਜਾ ਰਹੀ ਹੈ ਸਾਰੀਆਂ ਫਸਲਾਂ ਦੀ ਕਟਾਈ ਹੋ ਗਈ ਹੈ ਅਤੇ ਚਰੀ ਵਗੈਰਾ ਲੋਕਾਂ ਬੀਜ ਦਿੱਤੀ ਹੈ ਅਤੇ ਮਾਸ਼ਾਅੱਲਾ ਜੀ ਲੜਕੇ ਦਾ ਹੀ ਦਿਲ ਕਰ ਰਿਹਾ ਕਿ ਲੜਕਾ ਇੱਥੇ ਖੜ੍ਹਾ ਰਹੇ ਅਤੇ ਇਸ ਖੂਬਸੂਰਤ ਮੌਸਮ ਨੂੰ ਇੰਜੋਏ ਕਰੇ ਲੇਕਿਨ ਜਿੰਨੀ ਦੇਰ ਮੈਂ ਇੱਥੇ ਖੜ੍ਹਾ ਹੋਵਾਂਗਾ ਠੀਕ ਹੈ ਉੱਨੀ ਆਸਾ ਆਸਾ ਗਰਮੀ ਦੀ ਸ਼ਿੱਦਤ ਵੱਧਦੀ ਜਾਏਗੀ ਛੁੱਟੀ ਦਾ ਟਾਈਮ ਜਿਹੜਾ ਨਾ ਸਾਡੇ ਸਕੂਲ ਦੇ ਵਿੱਚ 11:30 ਇਸ ਟਾਈਮ ਜਿਹੜਾ ਨਾ 11:45 ਹੋਏ ਨੇ ਅਤੇ ਮੌਸਮ ਅੱਛਾ ਇਸ ਵਕਤ ਲੇਕਿਨ ਅਗਰ 1-2 ਵਜੇ ਜਿਹੜਾ ਮੈਨੂੰ ਆਉਣਾ ਪੈਂਦਾ ਤਾਂ ਬਹੁਤ ਜ਼ਿਆਦਾ ਗਰਮੀ ਸੀ ਅਤੇ ਮਾਸ਼ਾਅੱਲਾ ਚੈੱਕ ਕਰ ਸਕਦੇ ਤੁਸੀਂ ਇਰਦ ਗਿਰਦ ਦਾ ਮਾਹੌਲ ਜਿਹੜਾ ਇਹ ਸਾਹਮਣੇ ਜਿਹੜਾ ਬੂਟਾ ਤੋਂ ਨਜ਼ਰ ਆਉਣ ਡਿਆ ਨਾ ਇਹ ਅੰਬੀਆਂ ਦਾ ਬੂਟਾ ਠੀਕ ਹੈ ਮੈਂਗੋਜ਼ ਉਹ ਮਾਸ਼ਾਅੱਲਾ ਦੇਖੋ ਕਿੱਡਾ ਪਿਆਰਾ ਪਰਿੰਦਾ ਜਿਹੜਾ ਬੁਲਬੁਲ ਜਿਹੜਾ ਉਹ ਬੈਠੀ ਹੋਈ ਹੈ ਇੰਜੋਏ ਕਰ ਰਹੀ ਹੈ ਬਾਈ ਜਾਨ ਅਤੇ ਪਰਿੰਦਿਆਂ ਦੀ ਆਵਾਜ਼ ਕੋਇਲ ਦੀ ਆਵਾਜ਼ ਇਸ ਸਾਈਡ ਤੋਂ ਜਿਹੜਾ ਮੈਨੂੰ ਕੋਇਲ ਦੀ ਆਵਾਜ਼ ਬਹੁਤ ਪਿਆਰੀ ਆਵਾਜ਼ ਜਿਹੜਾ ਮੈਨੂੰ ਇਸ ਵਕਤ ਸੁਣਾਈ ਦੇ ਰਹੀ ਹੈ ਪਤਾ ਨਹੀਂ ਹੁਣ ਕਿਸ ਕਿਸ ਸਾਈਡ ਤੋਂ ਆ ਰਹੀ ਹੈ ਬੰਨ ਸਾਹਮਣੇ ਉਹ ਬੰਨ ਹੈ ਉਹ ਚੈੱਕ ਕਰ ਰਿਹਾ ਜਿਹੜਾ ਬੰਨ ਹੈ ਇਸ ਸਾਈਡ ਤੋਂ ਮੈਨੂੰ ਜਿਹੜਾ ਆਵਾਜ਼ ਆ ਰਹੀ ਹੈ ਕੋਇਲ ਦੀ ਸਫ਼ਰ ਲੋਕ ਕਰ ਰਹੇ ਨੇ ਰੋਡਾਂ 'ਤੇ ਕਿਉਂਕਿ ਅੱਜ ਮੌਸਮ ਪਿਆਰਾ ਇਸ ਵਾਸਤੇ ਜਿਹੜਾ ਲੋਕ ਸਫ਼ਰ ਰੋਡ 'ਤੇ ਕਰ ਰਹੇ ਨੇ ਗਰਮੀ ਦੀ ਸ਼ਿੱਦਤ ਘੱਟ ਹੈ ਚੈੱਕ ਕਰ ਸਕਦੇ ਸੀ ਕੁਛ ਬੰਦਾ ਇਸ ਸਾਈਡ ਤੋਂ ਬੜੀ ਸਪੀਡ 'ਚ ਜਿਹੜਾ ਬੱਚਿਆਂ ਨੂੰ ਲੈ ਕੇ ਇਹ ਚੈੱਕ ਬਹੁਤ ਤੁਹਾਡੀ ਹੈਰ ਓਏ ਇੰਨੀ ਸਪੀਡ 'ਤੇ ਨਹੀਂ ਜਾਣਾ ਚਾਹੀਦਾ ਯਾਰ ਬੱਚੇ ਪਿੱਛੇ ਬਿਠਾ ਕੇ ਵੀ ਹੈਵ ਟੂ ਪ੍ਰੋਟੈਕਟ ਆਵਰ ਚਿਲਡਰਨ ਫਰੋਮ ਐਕਸੀਡੈਂਟ ਹਾਂ 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 ਦੇਖੋ ਜੀ ਛੋਟੇ ਛੋਟੇ ਪਰਿੰਦੇ ਇਸ ਹਵਾ ਨੂੰ ਇੰਜੋਏ ਕਰ ਰਹੇ ਨੇ ਕਿਆ ਬਾਤ ਹੈ ਚੈੱਕ ਅਲਹਮਦੁਲਿਲਾ ਜੀ ਅਲਹਮਦੁਲਿਲਾ ਅੱਜ ਆਪਣੇ ਵਾਲਾ ਜਿਹੜਾ ਨਾ ਮੌਸਮ ਹੈ ਆਹਾ ਹਾ 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 ਕਿਆ ਬਾਤ ਹੈ ਅਤੇ ਚਲੋ ਜਨਾਬ ਅਲੀ ਅੰਕਲ ਰਹੀ ਹੈ ਨਾ ਮੇਰੇ ਹੱਥ ਤੋਤੇ ਕੋਲੇ ਲੈ ਕੇ ਜਾ ਰਹੇ ਨੇ ਸਾਈਕਲ 'ਤੇ ਲੈਵਲ ਲੈਵਲ ਚਲੋ ਜੀ ਜਨਾਬ ਅਲੀ ਫਿਲਹਾਲ ਚੱਲਦੇ ਹਾਂ ਵਾਪਸੀ ਕਰਦੇ ਹਾਂ ਮੌਸਮ ਨੂੰ ਨਾਲ ਨਾਲ ਇੰਜੋਏ ਕਰਦੇ ਹਾਂ ਦਿਸ ਇਜ਼ ਅ ਮੇਨ ਰੋਡ ਐਂਡ ਪੀਪਲ ਆਰ ਜਸਟ ਟਰੈਵਲਿੰਗ ਔਨ ਮੇਨ ਰੋਡ ਦੇ ਆਰ going towards Brajke town which is very near only 3 km away from here eh ton jo cheez nazar aani border eh jo pind na Sangyal nazar aande many hours later alhamdulillah ji khane de vich is waqt sade ko chawal aa gaye ne te naal chane pyaas te pani te chalo khana shana khane ha te fir inshallah subah tak hongi gapshap ਖਾਣਾ ਇਸ ਵਕਤ ਮਾਸ਼ਾਅੱਲਾ ਬਹੁਤ ਜ਼ਬਰਦਸਤ ਬਣਿਆ ਕਿਆ ਬਾਤ ਲਓ ਅਲਹਮਦੁਲਿਲਾ ਜੀ ਖੈਰ ਯਾਰ ਅਲਹਮਦੁਲਿਲਾ ਜੀ ਖਾਣਾ ਸ਼ਾਣਾ ਖਾ ਲਿਆ ਅਤੇ
3 ਘੰਟੇ ਦੀ ਮੁਸਲਸਲ ਨੀਂਦ ਤੋਂ ਬਾਅਦ ਤੁਹਾਡਾ ਪਾਪਾ ਉੱਠ ਗਿਆ। ਫਿਲਹਾਲ ਟਾਈਮ ਅਕੈਡਮੀ ਜਾਣ ਦਾ। ਅਤੇ ਬਾਹਰ ਚੈੱਕ ਕਰੋ ਏ, ਤੁਹਾਡੀ ਹੈਰ ਹੋਏ ਜਵਾਨਾ, ਕੋਈ ਬੰਦਾ ਬਸ਼ਰ ਨਜ਼ਰ ਨਹੀਂ ਆਏਗਾ ਜਨਾਬ, ਹਰ ਬੰਦਾ ਸੁੱਤਾ ਇਸ ਵਕਤ। ਟੈਂਪਰੇਚਰ ਇਸ ਵਕਤ 42 degrees ਹੈ, ਇਹ ਚੈੱਕ ਕਰ ਸਕਦੇ ਤੁਸੀਂ। ਕੱਲ੍ਹ ਅਤੇ ਪਰਸੋਂ 44-45 degrees ਅਤੇ ਹਫ਼ਤਾ ਇਤਵਾਰ ਸ਼ਾਇਦ 47 degrees ਤੱਕ ਟੈਂਪਰੇਚਰ ਜਾਣਾ। ਓਏ ਹੋਏ 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 ਹੋਏ, ਜਿਹੜਾ ਕਿ ਬੰਦੇ ਮਾਰ ਟੈਂਪਰੇਚਰ ਹੈਗਾ। ਹਾਂ, ਮੌਸਮ ਕੈਸਾ ਹੈ ਬਾਹਰ ਦਾ? ਬਾਹਰ ਆਇਆ ਨਾਲ ਪਸੀਨਾ ਆਉਣਾ ਸ਼ੁਰੂ ਬੱਚੇ। ਛੋਟਾ ਲੈ ਜਾਂਦੇ ਕੋਈ ਨੀ ਹੈ ਰੇ ਯਾਰ, ਕੰਮ ਵੀ ਨਾਲ ਨਾਲ ਕਰਨੇ ਪੈਂਦੇ ਨੇ ਭਾਈ। ਉਹ ਵੇ ਹੋਏ ਤਬਸ਼ ਲੈਵਲ ਯਾਰ। ਅੱਛਾ ਚਲੋ ਜੀ, ਇਹ ਸਭ ਕਾਇਬ ਮਿਲਿਆ ਜੀ ਸਾਨੂੰ। ਚਲੋ ਜਨਾਬ ਵਾਲੀ, ਤੇਜ਼ੀ ਨਾਲ ਚੱਲਦੇ ਹਾਂ ਬਾਹਰ ਦਾ, ਤੁਹਾਨੂੰ ਵੀ ਉਹਦਾ ਗਰਮੀ ਦਾ ਭਾਈ ਹੈ, ਗਰਮੀ ਤੁਹਾਨੂੰ ਬਰਦਾਸ਼ਤ ਵੀ ਕਰਨੀ ਪੈਣੀ ਹੈ, ਘਰ ਦੇ ਕੰਮ ਸ਼ੰਮ ਵੀ ਕਰਨੇ ਪੈਣੇ ਨੇ। ਠੀਕ ਹੈ, ਅਗਰ ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ ਐ ਵੇ ਹੋਏ। ਹਾਂਜੀ ਜਮੇਲ ਬਾਈ, ਓਏ ਅੱਲਾ ਜੀ, ਗਰਮੀ ਅੱਗੋਂ ਪੈਂਦੀ ਹੈ ਬਈ, ਗਰਮੀ ਪੈਂਦੀ ਹੈ ਬਈ। ਬੱਚੋ ਬਈ ਇਹਦੇ ਕੋਲ ਬੱਚੋ, ਐਂਡ ਗਰਮੀ ਹੈ ਜੀ। ਇੱਥੇ ਇੱਕ ਜੰਪਰ ਲਗਾਇਆ ਗਿਆ, ਜੰਪਰ ਦੇ ਬੱਚੇ ਜੰਪਿੰਗ ਕਰਦੇ ਹੁੰਦੇ ਜਦੋਂ ਮੈਂ ਆਇਆ ਇੱਧਰ। ਸੰਸਾਰ ਰੋਡ ਹੋਣ ਦੀ ਮੇਨ ਵਜ੍ਹਾ ਇਹ ਹੀ ਹੈ ਕਿ ਜਨਾਬ ਵਾਲੀ ਗਰਮੀ ਬਹੁਤ ਹੈ, ਲੋਕ ਆਪਣੇ ਘਰਾਂ ਦੇ ਵਿੱਚ ਰੈਸਟ ਰੁਸਟ ਕਰ ਰਹੇ ਨੇ। ਸਾਡੀ ਤਾਂ ਭਾਈ ਟੈਨਸ਼ਨ ਹੈ, ਮਜਬੂਰੀ ਹੈ ਭਾਈ, ਖਿਦਮਤ ਹਲਕ ਕਰਨੀ ਹੈ, ਬੱਚੇ ਛੇਜੇ ਪੜ੍ਹਾਉਣੇ ਨੇ, ਸਾਡੀ ਮਜਬੂਰੀ ਭਾਈ, ਸਾਨੂੰ ਜਾਣਾ ਪੈਂਦਾ। ਓ ਹੋ 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 ਹੋ, ਵੇਖੋ ਨਾ ਬੱਚੇ ਯਸ਼ੀ ਘਰ ਹੈ। ਗਰਮੀ 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 ਗਰਮੀ। ਚਲੋ ਜੀ ਜਨਾਬ ਵਾਲੀ, ਪਹੁੰਚ ਰਿਹਾ ਅਕੈਡਮੀ ਦੇ ਰਹੇ ਹਾਂ, ਕਿੰਨੇ ਬੱਚੇ ਜਿਹੜਾ ਉੱਥੇ ਤੱਕ ਪਹੁੰਚੇ ਨੇ। ਇਹ ਵੇਖੋ ਇੱਕ ਦੁੱਧੀ ਜਿਹਾ ਨਾ, ਇਹ ਦੁੱਧ ਸਿਆਲਕੋਟ ਦੇ ਕੇ ਵਾਪਸ ਆ ਰਿਹਾ। ਓ ਹਾ ਹਾ ਹਾ,